ਸਤਿ ਸ਼੍ਰੀ ਅਕਾਲ ਜੀ। ਆਪਣਾ ਟੂਰ ਹੋ ਗਿਆ ਪੂਰਾ ਤੇ ਅੱਜ ਗੁਰੂ ਦੀ ਧਰਤੀ ਗੁਰੂ ਦੀ ਨਗਰੀ ਆਪਾਂ ਦਮਦਮਾ ਸਾਹਿਬ ਪਹੁੰਚ ਚੁੱਕੇ ਹਾਂ ਤੇ ਟੂਰ ਬੜਾ ਵਧੀਆ ਰਹੇਗਾ। ਤੇ ਬੜੇ ਦੋਸਤਾਂ ਨੇ ਪੁੱਛਿਆ ਸੀਗਾ, ਅਸੀਂ ਇਹ ਟੀ ਸ਼ਰਟਾਂ ਪਾਈਆਂ ਹੋਈਆਂ ਸੀਗੀਆਂ ਪੁਨਰਨਵਾ ਪੰਜਾਬ ਦੀਆਂ, ਕਿ ਪੁਨਰਨਵਾ ਪੰਜਾਬ ਕੀ ਹੈ, ਤੁਸੀਂ ਕਿਵੇਂ ਟੀ ਸ਼ਰਟਾਂ ਪਾ ਜਾਂਦੇ, ਇਹਦਾ ਮੋਟਿਵ ਕੀ ਹੈਗਾ, ਇਹ ਵੀ ਦੱਸਦੇ ਹਾਂ। ਤੇ ਨਾਲ ਨਾਲ ਅਸੀਂ ਉੱਥੇ ਕੇਰਲਾ ਤਾਮਿਲਨਾਡੂ ਦੇ ਵਿੱਚ ਇਹ ਜ਼ਿਆਦਾ ਆਯੁਰਵੈਦਿਕ ਹਸਪਤਾਲ ਨੇ, ਆਯੁਰਵੈਦ ਜ਼ਿਆਦਾ ਹੈਗਾ, ਤਾਂ ਇਹ ਚੀਜ਼ਾਂ ਦੇਖੀਆਂ ਨੇ। ਪੰਚਕਰਮਾ ਜਗ੍ਹਾ ਜਗ੍ਹਾ 'ਤੇ, ਜਿਵੇਂ ਗੋਆ ਦੇ ਵਿੱਚ ਮਸਾਜ ਸੈਂਟਰ ਹੁੰਦੇ ਨੇ, ਸਾਨੂੰ ਲੱਗਿਆ ਇਹ ਮਸਾਜ ਵਾਲੇ ਹੋਣਗੇ ਜਾਂ ਕਿਵੇਂ ਹੁੰਦੇ ਨੇ, ਅਤੇ ਅਸੀਂ ਇੰਨਾ ਐਕਸਪਲੇਨ ਨਹੀਂ ਕਰ ਸਕਦੇ ਸੀ ਇਸ ਬਾਰੇ ਕਿਉਂਕਿ ਉਨੀ ਸਾਨੂੰ ਜਾਣਕਾਰੀ ਨਹੀਂ, ਹਲਕੀ ਹਲਕੀ ਅਸੀਂ ਡਾਕਟਰ ਸਾਹਿਬ ਤੋਂ ਲੈ ਲਈ ਸੀਗੀ। ਪੰਚਕਰਮਾ ਦੇ ਉੱਥੇ ਬੜੇ ਬੋਰਡ ਲੱਗੇ ਹੋਏ ਸੀਗੇ, ਜ਼ਿਆਦਾ ਡੀਪ ਦੇ ਵਿੱਚ ਡਾਕਟਰ ਸਾਹਿਬ ਦੱਸਣਗੇ ਕੀ ਚੀਜ਼ ਹੈਗੀ। ਮੋਟਾ ਮੋਟਾ ਅਸੀਂ ਪਤਾ ਕੀਤਾ ਹੈਗਾ ਵੀ ਜਿਵੇਂ ਆਪਾਂ ਆਪਣੇ ਸਰੀਰ ਦੀ ਸਫਾਈ ਰੱਖਦੇ ਹੁੰਦੇ ਹਾਂ, ਕਹਿ ਲਓ ਵੀ ਆਪਾਂ ਇਹ ਨਹੀਂ ਹੁੰਦਾ ਹੈਗਾ ਵੀ ਆਪਾਂ ਕਹਿ ਲਈਏ ਵੀ ਯਾਰ ਹਜੇ ਕਿਹੜਾ ਆਪਣੇ ਜੂਆਂ ਪਈਆਂ ਨੇ, ਉਦੋਂ ਨਹਾਵਾਂਗੇ ਜਦੋਂ ਜੂਆਂ ਪੈ ਗਈਆਂ, ਹੈ ਨਾ। ਅਤੇ ਆਪਣਾ ਜਿਹੜਾ ਬਿਮਾਰੀਆਂ ਨੇ ਉਹ ਵੀ ਆਪਾਂ ਉਹਦੀ ਇਲਾਜ ਕਰਦੇ ਹਾਂ ਜਦੋਂ ਆਪਾਂ ਨੂੰ ਬਿਮਾਰੀ ਲੱਗ ਜਾਂਦੀ ਹੈ। ਇਹੀ ਜਿਹੜਾ ਤੁਸੀਂ ਵੀ ਪਹਿਲਾਂ ਤੋਂ ਜਿਹੜਾ ਪੰਚਕਰਮ ਹੈ ਪਹਿਲਾਂ ਤੋਂ ਆਪਣੇ ਸਰੀਰ ਨੂੰ ਤਿਆਰ ਕਰ ਲੈਣਾ ਗਾ, ਜਿਹੜੇ ਵੀ ਕਾਰਨ ਮੰਨਦੇ ਨੇ, ਕੌਜ ਹੁੰਦੇ ਨੇ ਕਿਸੇ ਚੀਜ਼ ਨੂੰ ਬਣਾਉਣ ਦੇ, ਉਹਨਾਂ ਨੂੰ ਜੜ ਤੋਂ ਕੱਢਣਾ। ਅਤੇ ਜਿਹੜਾ ਪੁਨਰਨਾਮਾ ਪੰਜਾਬ ਹੈ, ਅਸੀਂ ਟੀ ਸ਼ਰਟਾਂ ਪਾਈਆਂ ਸੀਗੀਆਂ ਇਹ ਲੋਕ ਵਾਲੀਆਂ, ਇਹ ਬਾਜਾ ਤਰਵੰਡੀ ਸਾਬੋ ਦੇ ਵਿੱਚ ਹੋਸਪਿਟਲ ਹੈ, ਆਪਣਾ ਭਰਾ ਨੇ ਡਾਕਟਰ ਮਾਖਾ ਜੀ, ਅਤੇ ਤਰਵੰਡੀ ਸਾਬੋ ਦੇ ਵਿੱਚ ਬੜਾ ਵਧੀਆ ਕੰਮ ਕਰ ਰਹੇ ਨੇ, ਅਤੇ ਆਪਣੇ ਹਸਪਤਾਲ ਬਾਰੇ ਵੀ ਜਾਣਕਾਰੀ ਦੇਣਗੇ, ਅਤੇ ਪੰਚਕਰਮਾ ਜਿਹੜਾ ਇੱਥੇ ਇਹਨਾਂ ਨੇ ਸ਼ੁਰੂ ਕੀਤਾ ਹੈਗਾ ਉਹਦੇ ਬਾਰੇ ਵੀ ਦੱਸਣਗੇ। ਹਾਂਜੀ, ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ, ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਵੀਰ ਵੱਡੇ ਵੀਰ ਰੇਸ਼ਮ ਸਿੰਘ ਗੁਦਾਰਾ ਦਾ, ਜਿਹੜੇ ਕਿ ਹੁਣੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖੇ ਇਹਨਾਂ ਦੇ ਬਲੌਗ, ਇਹ ਕੇਰਲਾ, ਕਰਨਾਟਕਾ, ਤਾਮਿਲਨਾਡੂ ਜੋ ਕਿ ਸਾਡੀਆਂ ਸਾਊਥ ਦੀਆਂ ਸਟੇਟਾਂ ਨੇ, ਉੱਥੇ ਘੁੰਮਣ ਲਈ ਗਏ ਸੀ, ਬਲੌਗਿੰਗ ਦੇ ਲਈ ਗਏ ਸੀ, ਅਤੇ ਨਾਲ ਹੀ ਆਯੁਰਵੇਦ ਦੇ ਨਾਲ ਰਿਲੇਟਡ, ਪੰਚਕਰਮਾਂ ਦੇ ਨਾਲ ਰਿਲੇਟਡ ਇਹ ਉੱਥੋਂ ਗਿਆਨ ਵੀ ਪ੍ਰਾਪਤ ਕਰਨ ਲਈ ਗਏ ਸੀ। ਕਿਉਂਕਿ ਆਯੁਰਵੇਦ ਦਾ ਜਿਹੜਾ ਇੱਕ ਆਪਾਂ ਕਹਿ ਲਈਏ ਇੰਟਰਨੈਸ਼ਨਲ ਕਲਾਇੰਟੇਜ ਆ, ਜਿਹੜੀ ਆਉਂਦੀ ਹੈ ਇੰਟਰਨੈਸ਼ਨਲ ਪੇਸ਼ੈਂਟ ਆਉਂਦੇ ਆ, ਉਹ ਕੇਰਲਾ ਦੇ ਵਿੱਚ, ਤਾਮਿਲਨਾਡੂ ਦੇ ਵਿੱਚ ਬਹੁਤ ਵੱਡੇ ਵੱਡੇ ਆਯੁਰਵੇਦਿਕ ਵਿਲੇਜ ਬਣੇ ਹੋਏ ਨੇ, ਆਯੁਰਵੇਦਿਕ ਪਿੰਡ ਬਣੇ ਹੋਏ ਨੇ, ਜਿੱਥੇ ਸਾਰਾ ਪੰਚਕਰਮਾ ਸੈਂਟਰ ਇੱਕ ਪੁਰਾਤਨ ਦਿੱਖ ਦੇ ਨਾਲ ਜਾਂ ਟ੍ਰੈਡੀਸ਼ਨਲੀ ਸਾਡੇ ਭਾਰਤ ਦੇ ਵਿੱਚ ਹੁੰਦਾ ਸੀ। ਅਸੀਂ ਸਾਡਾ ਪੰਜਾਬ ਉਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਪਛੜ ਚੁੱਕੇ ਹਾਂ, ਉਹੀ ਚੀਜ਼ਾਂ ਇਹਨਾਂ ਨੇ ਸਾਰੀਆਂ ਉੱਥੇ ਦੇਖੀਆਂ, ਤੁਸੀਂ ਇਹਨਾਂ ਦੀ ਵੀਡੀਓ ਦੇ ਵਿੱਚ ਵੀ ਦੇਖੀਆਂ। ਮੈਂ ਤੁਹਾਨੂੰ ਅੱਜ ਇਹਦੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਕਿ ਆਯੁਰਵੇਦ ਅਸਲ ਦੇ ਵਿੱਚ ਹੈ ਕੀ। ਆਯੁਰਵੇਦ ਦੇ ਨਾਲ ਹੀ ਜੁੜੀ ਆਯੁਰਵੇਦ ਦੀ ਇੱਕ ਸ਼ੋਧਨ ਪ੍ਰਕਿਰਿਆ, ਉਹਨੂੰ ਅਸੀਂ ਪੰਚਕਰਮਾ ਕਹਿੰਦੇ ਹਾਂ। ਬੇਸਿਕਲੀ ਆਯੁਰਵੇਦ ਦੇ ਵਿੱਚ ਦੋ ਪ੍ਰਕਾਰ ਦੀਆਂ ਚਿਕਿਤਸਾਵਾਂ ਦਾ ਵਰਣਨ, ਦੋ ਪ੍ਰਕਾਰ ਦੇ ਇਲਾਜ ਦਾ ਵਰਣਨ, ਇੱਕ ਹੁੰਦੀ ਹੈ ਸ਼ਾਮਨ ਚਿਕਿਤਸਾ ਅਤੇ ਦੂਸਰੀ ਹੁੰਦੀ ਹੈ ਸ਼ੋਧਨ ਚਿਕਿਤਸਾ। ਸ਼ਾਮਨ ਚਿਕਿਤਸਾ ਉਹ ਹੁੰਦੀ ਹੈ ਕਿ ਅਸੀਂ ਕੋਈ ਵੀ ਬਿਮਾਰੀ ਸਾਨੂੰ ਹੋਈ, ਅਸੀਂ ਦਵਾਈਆਂ ਦੇ ਕੇ ਉਸ ਬਿਮਾਰੀ ਨੂੰ ਉੱਥੇ ਉਸੇ ਜਗ੍ਹਾ ਹੀ ਸਰੀਰ ਦੇ ਵਿੱਚ ਸ਼ਾਮਨ ਉਸਦਾ ਕਰਤਾ, ਉਹਨੂੰ ਉੱਥੇ ਟਿਕਾਤਾ, ਇੱਕ ਵਾਰੀ ਇਲਾਜ ਹੋ ਜਾਂਦਾ ਉਸਦੇ ਨਾਲ, ਸਿਮਟਮ ਆਪਣੇ ਠੀਕ ਹੋ ਜਾਂਦੇ ਨੇ। ਪਰ ਕਈ ਵਾਰ ਕੀ ਹੁੰਦੀ ਹੈ, ਬਿਮਾਰੀ ਦੀ ਜੜ ਦਵਾਈਆਂ ਦੇ ਨਾਲ ਠੀਕ ਕਰਨੀ ਜਾਂ ਦਵਾਈਆਂ ਦੇ ਨਾਲ ਉਹਦੀ ਜੜ ਕੱਟਣੀ ਸੰਭਵ ਨਹੀਂ ਹੁੰਦੀ, ਤਾਂ ਫਿਰ ਆਯੁਰਵੇਦ ਦੇ ਵਿੱਚ ਹਰ ਇੱਕ ਬਿਮਾਰੀ ਦੇ ਲਈ ਸ਼ੋਧਨ ਚਿਕਿਤਸਾ ਦਾ ਵਰਣਨ ਕੀਤਾ ਗਿਆ। ਸ਼ੋਧਨ ਚਿਕਿਤਸਾ ਦੇ ਅੰਦਰ ਪੰਚਕਰਮਾ ਆਉਂਦਾ, ਪੰਚਕਰਮਾ ਦੇ ਵਿੱਚ ਪੰਜ ਕੰਮ ਆਉਂਦੇ ਨੇ ਜਿਹਦੇ ਰਾਹੀਂ ਅਸੀਂ ਆਪਣੇ ਸਰੀਰ ਦੀ ਸਫਾਈ ਕਰਦੇ ਹਾਂ। ਜੇ ਸਾਨੂੰ ਬਾਤ ਦੇ ਰੋਗ ਨੇ ਤਾਂ ਉਹਦੇ ਲਈ ਆਯੁਰਵੇਦ ਦੇ ਵਿੱਚ ਬਾਸੀ ਚਿਕਿਤਸਾ ਦੱਸੀ ਹੈ। ਜੇ ਕਫ ਦੇ ਰੋਗ ਹੁੰਦੇ ਨੇ ਤਾਂ ਉਹਦੇ ਲਈ ਸਾਨੂੰ ਬਮਨ ਜੋ ਇੱਕ ਕਿਰਿਆ ਪੰਚਕਰਮਾਂ ਦਾ ਪਾਰਟ ਆ ਉਹ ਸਾਨੂੰ ਦੱਸਿਆ, ਅਤੇ ਜੇ ਸਰੀਰ ਦੇ ਵਿੱਚ ਪਿੱਤ ਨਾਲ ਰਿਲੇਟਡ ਜ਼ਿਆਦਾ ਰੋਗ ਨੇ ਤਾਂ ਉਹਦੇ ਲਈ ਵਿਰੇਚਣ ਦੱਸਿਆ। ਵਿਰੇਚਣ ਦਾ ਮਤਲਬ ਹੁੰਦਾ ਕਿ ਅਸੀਂ ਪੇਸ਼ੈਂਟ ਨੂੰ ਉਸ ਤੋਂ ਪਹਿਲਾਂ ਸਨੇਹਨ ਸੰਵੇਦਨ ਕਰਕੇ ਪੇਸ਼ੈਂਟ ਨੂੰ ਪ੍ਰਪੇਅਰ ਕਰਕੇ ਅਤੇ ਫਿਰ ਉਹਦਾ ਵਿਰੇਚਣ ਕਰਵਾਉਂਦੇ ਹਾਂ, ਉਹਨੂੰ ਦਸਤ ਲਗਵਾ ਦਿੱਤੇ ਜਾਂਦੇ ਨੇ ਅਤੇ ਲੈਟਰਿਨ ਦੇ ਰਸਤੇ ਜਿਹੜੇ ਹੈਗੇ ਆ ਸਾਰੇ ਦੋਸ਼ ਸਰੀਰ ਦੇ ਵਿੱਚੋਂ ਉਹ ਬਾਹਰ ਨਿਕਲ ਜਾਂਦੇ ਨੇ। ਇਸੇ ਤਰ੍ਹਾਂ ਬਮਨ ਦੇ ਰਾਹੀਂ ਜਿੰਨੇ ਵੀ ਦੋਸ਼ ਕਫ ਨਾਲ ਪ੍ਰਕੋਪਿਤ ਹੋਏ ਹੁੰਦੇ ਆ ਸਾਡੇ, ਚਾਹੇ ਉਹਦੇ ਨਾਲ ਲਾ ਲਈਏ ਕੋਈ ਖੰਘ ਖਾਂਸੀ ਦੇ ਰੋਗ, ਸਾਹ ਦੇ ਰੋਗ, ਹਾਰਟ ਦੀਆਂ ਬਿਮਾਰੀਆਂ, ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਇੰਡੀਕੇਸ਼ਨਾਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਕਿਸੇ ਵੱਖਰੀ ਵੀਡੀਓ ਦੇ ਵਿੱਚ ਫਿਰ ਕਦੇ ਵਰਣਨ ਕਰਾਂਗੇ। ਅਤੇ ਕਫ ਦੇ ਰੋਗਾਂ ਦਾ ਇਲਾਜ ਕਰਨ ਲਈ ਅਸੀਂ ਬਮਨ ਪ੍ਰਕਿਰਿਆ ਦਾ ਵਰਤੋਂ ਕਰਦੇ ਹਾਂ। ਇਸੇ ਪ੍ਰਕਾਰ ਨਾਲ ਰਕਤ ਮੋਕਸ਼ਣ ਹੁੰਦਾ ਜਿਹਦੇ ਰਾਹੀਂ ਬਲੱਡ ਲੈਟਿੰਗ ਹੁੰਦੀ ਹੈ,
पुराने समय देखते सिंगियों जौकों के नाल इन सारिया चीज़ों के नाल जिहड़ा हैगा ब्लड लैटिंग होंदी सी शरीर दे विच्चों जिहड़े अपने रक्त दे दोष होंदे सी ब्लड दे दोष होंदे सी उन्हां नूं बाहर कढ़िया जांदा सी। इह सारियां जो प्रक्रियावां पंचकर्मां दे अंतर्गत होंदियां ने ते फिर पंचकर्मां दे नाल तुसीं जो फोटोआं दे विच्च पहलां देखिआ इहदे ही जिहड़े पूर्व कर्म होंदे ने उहदे विच्च स्नेहन संवेदन स्नेहन दे वी अगे बहुत सारे प्रकार होंदे आ स्नेहन दे वी जिहदे विच्च शरीर दीआं मालिशां करके पहलां दोषां नूं प्रकोपित कीता जांदा ते फिर वमन विरेचन राहीं उहनूं बाहर कढ़िआ जांदा। इस तरह बहुत सारिया इदा दिया पंचकर्मा के अंदर प्रोसीजर आते हैं जिन्हों बारे असं तुम्हें अगे आने वाले समय के जानकारी देंदे रहेंगे, पर बेसिकली मैं ये दसना चाहना कि पंचकर्मा सिर्फ कलिया बीमारियों ठीक करने लिए नहीं होंगे। जिस तरह रेशम सिंह जी ने तुम्हें दसिया कि जिदा साड़ी गड्डी असी कोई लैने कोई कार लैने तो कार दे विच हर दो तो तीन महीनों बाद जिदा कार की चलाई होंगी असी उसकी सर्विस करवाने ना। इस प्रकार साढ़े शरीर की सर्विस करने बारे असी कदे सोचे पर साढ़े हजार साल पहला साढ़े आयुर्वेद के पुरातन ग्रंथों के साढ़े ऋषिया मुनिया ने यह सानू साड़ी शरीर रूपी गड्डी की सर्विस करने लिए एक तरीका दिता, क्योंकि आयुर्वेद का मनोरथ ही की है स्वस्थस्य स्वस्थ रक्षणम। सब तो पहला आयुर्वेद का जो प्रयोजन है वो यही है कि स्वस्थ बंदे के स्वास्थ्य की रक्षा किवें रखनी है, जिहड़ा बंदा ठीक है उन्हूं ठीक किवें रखना कि वह बंदा बीमार ही ना हो। आयुर्वेद के रुत्तों के अनुसार पंचकर्मा का वर्णन किया गया कि अपनी छे रुत्तां होंदियां ने, छे रुत्तों के हिसाब के नाल पंचकर्मा हुंदा शरीर की शोधन प्रक्रिया हुंदी है। जिस तरह हुण बसंत रुत्त लंघ के गई है तो इस एक काल जिहड़ा हुंदा वह वमन करन लई उल्टी दे राहीं शरीर के विच्चों दोषां नूं बाहर कढ़न दा हुंदा। तो जे असीं इदां करदे रहिंदे आ ये खास खास इंटरवल से तीन तीन महीनों बाद पंचकर्मा के प्रोसीजर होंगे ने। जे असी बीमारियों तो बचना चाहते हैं कदे बीमार नहीं होना चाहते तो सानू अपने शरीर का पंचकर्मा स्वस्थ बंदे नूं भी करवाना चाहिए। इस दे बारे जी डिटेल वीडियो फिर आप अलग अलग समय से पाते रहेंगे। तुहाडा सारिआं दा धन्नवाद ते तुसी भाई रेशम सिंह गुदारा इन्हां दे चैनल दे नाल जुड़े रहो, क्योंकि इस तों बाद भी ये अगे जो देव भूमि मनी गई है हिमाचल प्रदेश उसके टूर पर भी जा रहे हैं, उत्थे तुहानू वखो वखरियां जड़ियां बूटियां बारे भी जानकारी देंगे। असी इन्हां नूं जिन्ना भी कर सकते हैं इत्थों बैठे गाइड करांगे ते जिहड़ी भी जड़ी बूटी की कोई इन्हां नूं इदां दी लगेगी ते उन्हां दी पहचान भी तुहानू करावांगे ते उही जड़ियां बूटियां साडे खेतां दे विच असी किवें उन्हां दा लाहा लै सकदे आ वो सारियां चीज़ां असी तुहाडे नाल समें समें ते शेयर करदे रहांगे। सो सारिआं दा बहुत बहुत धन्नवाद, सति श्री अकाल। चलो जो डॉक्टर साहब अपना तलवंडी साबो हॉस्पिटल का जो एड्रैस है बई जी पटवारी पटवारी कलोनी पटवारी कलोनी पटवारी कलोनी के बच्चे है एक नंबर गली एक नंबर गली के जिन्हें भी अपने तलवंडी साबो के ज आस पास के एरिए मित्र ने वो इतने विजिट जरूर करो डॉक्टर साहब को मिलो। तो दूजा इन्हों का जो पेज है पुनर्नवा पंजाब वो मैं इस वीडियो के मैनशन करूँगा उन्होंने भी तुम जरूर फॉलो करो, क्योंकि डॉक्टर साहब समय समय से वो वीडियो पाते रहते हैं। चलो मिलते हैं जी।